ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਵ ਜੰਡੂ ਵਿਦ ਮਿਸਟਰ ਗੁਰਿੰਦਰ ਸਿੰਘ ਮਾਨ ਤੇ ਇਹ ਬਾਈ ਜਿਨ੍ਹਾਂ ਨੂੰ ਨਹੀਂ ਪਤਾ ਇਹ ਮੇਰੇ ਮਾਸੀ ਜੀ ਦੇ ਮੁੰਡੇ ਆ ਸਗੀ ਮਾਸੀ ਦੇ ਠੀਕ ਹੈ ਜੀ ਤੇ ਇਹ ਬਾਈ ਨਵੇਂ ਨਵੇਂ ਆਏ ਆ ਤੇ ਸਿੱਧੇ ਕੀ ਆਏ ਆ ਯਾਰ ਮੈਂ ਦੱਸ ਦਈਏ ਤੇ ਹੁਣ ਅਸੀਂ ਇਸ ਟਾਈਮ ਅਸੀਂ ਟੋਰਾਂਟੋ 'ਚ ਪਹਿਲੀ ਵਾਰ ਚੱਲੇ ਹਾਂ ਇੱਥੇ ਜਿਹੜਾ ਐਕੁਏਰੀਅਮ ਬਣਿਆ ਆ ਜਾਂ ਸੀ ਐਨ ਟਾਵਰ ਮੈਂ ਦੂਜੀ ਵਾਰ ਜਾਣਾ ਭਾਜੀ ਨੇ ਪਹਿਲੀ ਵਾਰ ਜਾਣਾ ਉੱਪਰ ਤੇ ਥੱਲਿਓਂ ਤਾਂ ਕਾਫੀ ਵਾਰ ਦੇਖ ਲਿਆ ਹਜੇ ਤੁਹਾਨੂੰ ਵੀ ਸਾਰਿਆਂ ਨੂੰ ਦਿਖਾ ਦਈਏ ਤੇ ਹੁਣ ਅਸੀਂ ਥੋੜਾ ਹਲਕੇ ਹੁਣ ਇਹਦੀ ਮਾੜਾ ਜਿਹਾ ਵਾਸਟਰਨ ਪੀਜ਼ਾ ਹਲਕੇ ਤੇ ਬਣਾਉਣੇ ਹੁਣ ਅੱਗੇ ਹਾਂ ਆ ਜਾਓ ਤੇ ਹੁਣ ਆਪਾਂ ਪਹਿਲਾਂ ਅਸੀਂ ਲੈ ਲਿਆ ਸੀਗਾ ਟੋਰਾਂਟੋ ਸਿਟੀ ਦਾ ਪਾਸ ਮਾਸਕ ਲਾ ਕੇ ਦੱਸ ਦਿੰਦਾ ਕਿਉਂਕਿ ਬਾਹਰ ਮਾਸਕ ਮੈਂਡੇਟਰੀ ਨਹੀਂ ਹੈਗੇ ਟੋਰਾਂਟੋ ਸਿਟੀ ਦਾ ਪਾਸ ਸਾਨੂੰ ਮਿਲ ਗਿਆ ਸੀਗਾ ਕਿੰਨੇ ਦਾ ਮਿਲਿਆ $94 ਈਚ ਤੇ ਟੈਕਸ ਪਾ ਕੇ $108 ਬਣਦੇ ਇੱਕ ਜਾਣੇ ਦੇ ਉਹਦੇ ਵਿੱਚ ਇੱਦਾਂ ਕਿੰਨਾ ਕੁਛ ਇਨਕਲੂਡਿਡ ਹੁੰਦਾ ਸੀਐਨ ਟਾਵਰ ਹੁੰਦਾ ਐਕੁਏਰੀਅਮ ਹੁੰਦਾ ਹੋਰ ਕੀ ਹੁੰਦਾ ਹੋਰ ਕੀ ਸੀਗਾ ਆਪਣਾ ਜ਼ੂ ਟੋਰਾਂਟੋ ਜ਼ੂ ਸੀਗਾ ਕਨਵੈਨਸ਼ਨ ਸੈਂਟਰ ਆ ਇੱਕ ਹੋਰ ਚੀਜ਼ ਸੀਗੀ ਉਹ ਮੈਨੂੰ ਯਾਦ ਨਹੀਂ ਹੁਣ ਕੀ ਸੀ ਤੇ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਣੀਆਂ ਆਹ ਦੇਖੋ ਤੁਹਾਨੂੰ ਦਿਖਾ ਦਿੰਦੇ ਆਹ ਹੁੰਦੇ ਇੱਦਾਂ ਪਾਸ ਇੱਦਾਂ ਮਤਲਬ ਸਾਰਿਆਂ ਦੀ ਜਿਹੜੇ ਕਿਡਸ ਆ ਉਹਨਾਂ ਦਾ ਫ੍ਰੀ ਆ ਅਡਲਟ ਦੇ 94 ਆ ਇੱਦਾਂ ਦਾ ਕਰਕੇ ਹੁੰਦੇ ਆ ਜਾਂ ਬਾਰ ਕੋਡ ਦਿਖਾ ਦੇਣਾ ਉੱਥੇ ਉਹਨਾਂ ਨੇ ਸਕੈਨ ਕਰ ਦੇਣਾ ਨਿਆਣੇ ਲਿਆਂਦੇ ਆ ਹਾਂ ਨਿਆਣੇ ਲਿਆਂਦੇ ਉਹਨਾਂ ਨੇ ਆਹ ਦੇਖੋ ਆਹ ਐਂਟਰੀ ਆ ਸੀਐਨ ਟਾਵਰ ਇਹਦੇ ਪਿੱਛੇ ਆ ਉੱਧਰ ਜਾ ਕੇ ਦਿਖਾਉਂਦੇ ਤੁਹਾਨੂੰ ਆ ਜਾਓ ਵੈਸੇ ਤਾਂ ਲਾਈਨ ਲੱਗੀ ਹੁੰਦੀ ਆ ਜਦੋਂ ਮਤਲਬ ਕਿਤੇ ਐਂਟਰੀ ਕਰਨੀ ਹੋਵੇ ਸੀਐਨ ਟਾਵਰ ਹੋ ਗਿਆ ਜਾਂ ਐਕੁਏਰੀਅਮ ਹੋ ਗਿਆ ਹੁਣ ਸ਼ਾਮ ਦਾ ਟਾਈਮ ਹੈ ਸ਼ਾਇਦ ਨਾ ਹੋਵੇ ਬਾਕੀ ਦੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ ਤਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਆਹ ਫੋਟੋ ਸ਼ੂਟ ਹੁੰਦਾ ਉੱਧਰ ਭਾਜੀ ਦੇ ਭਾਬੀ ਦਾ ਹੈਪੀ ਚਿਲਡਰਨਸ ਡੇ ਕੀ ਬਾਤ ਹੈ ਭਾਜੀ ਮਜ਼ਾ ਆ ਰਿਹਾ ਬਹੁਤ ਬਹੁਤ ਭਾਬੀ ਤੁਹਾਨੂੰ ਬਹੁਤ ਹੋਰ ਕੀ ਲਓ ਬਈ ਆ ਲਾਈਨ ਬਹੁਤ ਥੋੜੀ ਅੱਜ ਉਹ ਵੀ ਤੁਹਾਨੂੰ ਦੱਸਿਆ ਨਾ ਸ਼ਾਮ ਨੂੰ ਘੱਟ ਹੋ ਸਕਦੀ ਆ ਤੇ ਘੱਟ ਹੀ ਆ ਮੌਸਮ ਦੇਖ ਲਓ ਠੰਡ ਬੜੀ ਆ ਤੇ ਆ ਆ ਐਕੁਏਰੀਅਮ ਦੇਖ ਲਿਆ ਤੁਸੀਂ ਚਲੋ ਚੰਗਾ ਹੀ ਅਗਲੇ ਵਲੌਗ 'ਚ ਮਿਲਦੇ ਹਾਂ ਲਓ ਜੀ ਪਹੁੰਚ ਗਈਆਂ ਮੱਛੀਆਂ ਅੰਦਰ ਕੀ ਆ ਇਹ 'ਚ ਦੇਖਣ ਵਾਲਾ ਹੈ ਕੀ ਆ ਮੱਛੀਆਂ ਹੀ ਆ ਬਸ ਹਾਂ ਇਹ ਤਾਂ ਮੈਨੂੰ ਨਕਲੀ ਲਾ ਰਹੀ ਯਾਰ ਕਿੰਨੇ ਕੋਲ ਆ ਆਪਾਂ ਹੱਥ ਪਾਈ ਕੱਢ ਲੈ ਇੱਕ ਆ ਦੇਖ ਲੈ ਮੱਛੀ ਫੋਨ ਬਾਹਰ ਆ ਗਿਆ ਪਤਾ ਅੰਡਰ ਵਾਟਰ ਓਸ਼ੀਅਨ ਜਿਹਾ ਮਤਲਬ ਜਿਹੜੀ ਫੀਲ ਲੈਂਦੇ ਹੁੰਦੇ ਆ ਇਹਦੇ ਉੱਪਰ ਖੜ ਜਾਓ ਆ ਜ਼ਮੀਨ ਤੇ ਆਪ ਹੀ ਤੁਰਦਾ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਇੱਦਾਂ ਆ ਇੱਥੇ ਲਾਈਨ ਲੱਗਦੀ ਆ ਉਹ ਅੱਗੇ ਤੱਕ ਜਾਣਾ ਇਹ ਉਹ
ਵੱਡੀ ਵੱਡੀ ਰੁੱਖ ਹਾਂ जेलीफिश सारे एक्वेरियम खत्म हो गया। थोड़ा मेन मेन चीजा दिखाती थी थोड़ा मैं एंड दिखा कि एंड बहुत सोना देखो आ ना पेंटिंग जी आ पर बड़ा ही घेंट बना ये है की है मच्छी है ना वेल है और वेल है ना देख लिया जी एक्वेरियम हम आप जाना इतने दिन का व्यू देखा उदन अच रात का देखा वधिया ठंड आ थोड़ी पर वर्थ इट आ भाई मजा आया एक्वेरियम देख के बहुत बहुत हम आप जाना सीएन टावर के उपर टॉप से ठीक है वो दिखा दे उपर और उत्थे जाना मैं कहना पौड़ियाँ चढ़ के चल रहे हाँ देखो यार वेजिटेरियन है क्या वेजिटेरियन बंदे आ भी वेजिटेरियन बंदा बेटा हाँ भाई टिपिंग बहुत स्वाद होती साल सा कहते हैं बहुत घैंट है उसका सैक्रिफाइस वाज ओवर आ वेजी बंदे आ पता नहीं की फड़ा गया व्यू तो बहुत देखे हमने आ देखो व्यू रात का सीन था सेरा आ पूरा कनाडा ही है दूर दूर तक कनाडा ही कनाडा ही अंदर तो नहीं रही इतने टीवी टूवी लगे आ लो जी ये देखे अपना ब्लॉग जिहड़ा मैं वीकेंड ते शूट किया सैटरडे ते मेरा थोड़ा गला जिहा खराब हो गया थोड़ा काफ़ी दुख दया सी तां करके मैं तो अपलोड नहीं होया जिहड़ा मैं पहले अपलोड कर दिंदा बाकी भाजी नाल भी सारी ब्लॉग की सीरीज आनी है पी आर किदा आए हो की मतलब अगे उन्हें तो फ्यूचर प्लैनस वगैरह गुरकीरत साहब भी आने वाला जो मेरा फ्रेंड है मेरा क्लासमेट वो कि स्टडी है वो किदा आया किदा नहीं तो मतलब काफ़ी इनफॉर्मेटिव ब्लॉग्स भी आऊंगे तो ट्रैवलिंग ब्लॉग भी आऊंगे सबसक्राइब कर दो चैनल लाइक कर दो या कमेंट भी कर दो जो थोड़ा दूसरी वीडियो लगा नहीं डिसलाइक कर दो कोई चक्कर नहीं जो नहीं दूसरी वीडियो लगा चलो जी सत श्री अकाल जी सारे।